ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਦੋ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ, ਹਨਾ। ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ, ਵੀਡੀਓ ਨੂੰ ਲਾਈਕ ਕਰ ਰਹੇ ਹੋ, ਸ਼ੇਅਰ ਕਰ ਰਹੇ ਹੋ, ਕਮੈਂਟ ਕਰ ਰਹੇ ਹੋ, ਤੇ ਤੁਹਾਡਾ ਦਿਲੋਂ ਧੰਨਵਾਦ। ਤੇ ਉਸ ਤੋਂ ਬਾਅਦ ਤੁਹਾਨੂੰ ਸਾਰੇ ਹੀ ਵੀਰਾਂ ਭਰਾਵਾਂ ਨੂੰ ਦੀਵਾਲੀ ਅਤੇ ਵਿਸ਼ਵਕਰਮਾ ਡੇ ਦੀਆਂ ਲੱਖ ਲੱਖ ਵਧਾਈਆਂ। ਤੇ ਅੱਗੇ ਗੱਲ ਹੈਗੀ ਇੱਦਾਂ, ਸੋ ਗੱਲ ਇੱਦਾਂ ਸੀ ਜੀ, ਆਪਾਂ ਨਾ ਆਪਣੇ ਜਿਹੜੇ ਸਬਸਕ੍ਰਾਈਬ ਵੀਰ ਨੇ ਉਹਨਾਂ ਨੂੰ ਆਪਾਂ ਕੁਝ ਗਿਫਟ ਦੇਣਾ ਚਾਹੁੰਦੇ ਹਾਂ, ਜਿਵੇਂ ਕਿ 10 ਕੁ ਗਿਫਟ ਆਪਾਂ ਦੇਵਾਂਗੇ, ਹਨਾ। ਅਤੇ ਉਹਦੇ ਲਈ ਕੰਡੀਸ਼ਨ ਕੀ ਹੈ? ਕੰਡੀਸ਼ਨ ਹੈਗੀ ਇੱਦਾਂ ਵੀ ਤੁਸੀਂ ਜਿਹੜਾ ਆਪਣਾ ਚੈਨਲ ਆ ਇਹਨੂੰ ਵੱਧੋ ਵੱਧ ਸ਼ੇਅਰ ਕਰਨਾ, ਵੀਡੀਓ ਨੂੰ ਸ਼ੇਅਰ ਕਰਨਾ ਅਤੇ ਆਪਣੇ ਮਿਸਤਰੀ ਭਰਾਵਾਂ ਤੋਂ ਸਬਸਕ੍ਰਾਈਬ ਕਰਾਉਣਾ, ਠੀਕ ਹੈ ਜੀ। ਅਤੇ ਬਾਕੀ ਤੁਹਾਨੂੰ ਪਤਾ ਹੀ ਹੈ ਤੋਂ ਆਪਾਂ ਕੀ ਇਨਫੋਰਮੇਸ਼ਨ ਦੇ ਰਹੇ ਹਾਂ, ਹਨਾ, ਡਿਜ਼ਾਇਨ ਵਗੈਰਾ ਜੋ ਵੀ ਹੈ, ਜੇ ਕੋਈ ਆਪਣੇ ਲਵੇ ਕੋਈ ਨੌਲੇਜ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਹਨਾ। ਅਤੇ ਸੋ ਉਮੀਦ ਹੈ ਵੀ ਤੁਸੀਂ ਤਾਂ ਹੀ ਇਹਨੂੰ ਲਾਈਕ ਕਰ ਰਹੇ ਹੋ, ਸ਼ੇਅਰ ਕਰ ਰਹੇ ਹੋ, ਹੈਂ। ਅਤੇ ਉਹਦੇ ਲਈ ਕੰਡੀਸ਼ਨ ਕੀ ਹੈ, ਜਿਹੜੀ ਆਹ ਵੀਡੀਓ ਅੱਜ ਅਸੀਂ ਪਾਵਾਂਗੇ ਇਹਦੇ ਥੱਲੇ ਤੁਸੀਂ ਕਮੈਂਟ ਕਰ ਦੇਣਾ, ਇੱਕ ਨੰਬਰ ਲਿਖ ਦੇਣਾ, ਠੀਕ ਹੈ। ਅਤੇ ਇਹ ਜਿਹੜੀ ਹੈ ਮੈਨੂੰ ਆਪਾਂ ਕਰ ਰਹੇ ਹਾਂ ਗਿਫਟ ਦੀ ਗਿਫਟ ਦੇਣ ਦੀ ਜਿਹੜੀ ਆਪਾਂ ਪ੍ਰੋਸੈਸ ਕਰ ਰਹੇ ਹਾਂ, ਇਹ ਹੈਗਾ ਆਪਣੇ ਇੰਡੀਆ ਵਾਲੇ ਵੀਰ ਲਈ। ਅਤੇ ਇੰਡੀਆ ਦੇ ਵਿੱਚ ਜਿੱਥੇ ਵੀ ਆਪਣੇ ਵੀਰ ਭਰਾ ਹੋਣਗੇ ਆਪਾਂ ਉਹਨਾਂ ਨੂੰ ਗਿਫਟ ਵਗੈਰਾ ਭੇਜਾਂਗੇ, ਹੈ ਨਾ। ਅਤੇ ਗੱਲ ਹੈਗੀ ਇੱਦਾਂ, ਜੇ ਕਮੈਂਟ ਹੋ ਗਏ ਮੰਨ ਲਓ ਜ਼ਿਆਦਾ, ਮੰਨ ਲਓ ਹੋ ਗਏ 40-50 ਕਮੈਂਟ ਹੋ ਗਏ, ਤਾਂ ਆਪਾਂ 10 ਜਿਹੜੇ ਮੇਰੇ ਵੀਰ ਨੇ ਉਹਨਾਂ ਨੂੰ ਆਪਾਂ ਗਿਫਟ ਭੇਜਾਂਗੇ। ਅਤੇ ਤੁਸੀਂ ਕਰਨਾ ਬਸ ਇੰਨਾ ਹੀ ਆ, ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ, ਸਬਸਕ੍ਰਾਈਬ ਕਰਾਉਣਾ ਆਪਣੇ ਵੀਰਾਂ ਤੋਂ, ਹੈ ਨਾ। ਅਤੇ ਇੱਕ ਕਮੈਂਟ ਥੱਲੇ ਕਰਕੇ ਉਹਦੇ ਥੱਲੇ ਆਪਣਾ ਨੰਬਰ ਵਗੈਰਾ ਲਿਖ ਦੇਣਾ, ਹੈ ਨਾ। ਅਤੇ ਕਾਲ ਵਗੈਰਾ ਮੈਂ ਆਪ ਹੀ ਕਰ ਲੂੰਗਾ। ਅਤੇ ਇੱਕ ਸਾਨੂੰ ਆਪਣਾ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਦਿਓ, ਠੀਕ ਹੈ ਜੀ। ਅਤੇ ਅਸੀਂ ਇੱਕ ਨਾ ਡਰੈਸਿੰਗ ਰੂਮ ਆਹ ਸੋਰੀ ਹਾਂ ਡਰੈਸਿੰਗ ਰੂਮ ਤਿਆਰ ਕਰਿਆ ਹੈਗਾ, ਅਤੇ ਉਹਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ। ਅਤੇ ਇੱਕ ਚੀਜ਼ ਹੋਰ ਦੱਸੀ ਆ ਮੈਂ ਇਹਦੇ ਵਿੱਚ, ਇੱਕ ਥੋੜ੍ਹੀ ਜਿਹੀ ਹੈਗੀ ਸੀ ਮੇਰੇ ਦਿਮਾਗ 'ਚ, ਚਲੋ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰੀ ਜਾਵੇ। ਅਤੇ ਉਹ ਦੱਸੀ ਆ, ਅਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ, ਦੇਖਿਓ ਤੁਸੀਂ ਆਪਾਂ ਵੀ ਕੀ ਇਹਦੇ ਵਿੱਚ ਕਰਿਆ, ਹੈ ਨਾ। ਅਤੇ ਬਾਕੀ ਜਿਹੜਾ ਪ੍ਰੋਸੈਸ ਹੋਊਗਾ ਆਪਾਂ ਸਾਰਾ ਵੀਡੀਓ ਰਾਹੀਂ ਤੁਹਾਨੂੰ ਦਿਖਾਵਾਂਗੇ। ਅਤੇ ਜੇ ਕੋਈ ਹੁਣ ਬੋਲਣ ਵੇਲੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰ ਦਿਓ, ਕਿਉਂਕਿ ਮੈਂ ਪਹਿਲੀ ਵਾਰੀ ਇਹ ਇਸ ਤਰ੍ਹਾਂ ਵੀਡੀਓ ਜੀ ਬਣਾ ਰਿਹਾ ਬੈਠ ਕੇ, ਹੈ ਨਾ। ਅਤੇ ਨਹੀਂ ਤਾਂ ਆਪਾਂ ਤੁਹਾਨੂੰ ਪਤਾ ਹੀ ਹੈ, ਕੰਮ ਕਰਦੇ ਨੇ ਵੀਡੀਓ ਬਣਾਉਣੇ ਆ, ਜਾਂ ਮਾੜੀ ਮੋਟੀ ਊਂ ਸ਼ੇਅਰ ਕਰ ਦਿੰਦੇ ਹਾਂ, ਜਾਂ ਡਿਜ਼ਾਇਨਸ ਵਗੈਰਾ ਪਾਉਂਦੇ, ਹੈ ਨਾ। ਅਤੇ ਬਾਕੀ ਤੁਸੀਂ ਆਹ ਵੀਡੀਓ ਇੰਜੋਏ ਕਰੋ ਹੁਣ, ਠੀਕ ਹੈ, ਵੀਡੀਓ ਦੇਖੋ, ਅਤੇ ਉਸ ਤੋਂ ਬਾਅਦ ਕਮੈਂਟ 'ਤੇ ਆਪਣਾ ਨੰਬਰ ਵਗੈਰਾ ਸਾਰਾ ਕੁਛ ਜ਼ਰੂਰ ਦਿਓ ਇਹਦੇ ਵੀਡੀਓ ਦੇ ਵਿੱਚ। ਅਤੇ ਬਾਕੀ ਜਿਹੜਾ ਪ੍ਰੋਸੈਸ ਉਹ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ। ਅਤੇ ਆਪਾਂ ਸਾਰੇ ਵੀਰਾਂ ਨੂੰ ਜਿੰਨੇ ਵੀ ਹੋਏ, ਹੈ ਨਾ, 10 ਕੁ ਜੇ ਵੱਧ ਕਮੈਂਟ ਹੋ ਗਏ 10 ਜਣਿਆਂ ਨੂੰ ਆਪਾਂ ਗਿਫਟ ਭੇਜਣੇ ਨੇ। ਉਹ ਗਿਫਟ ਹੋਣਗੇ ਆਪਣੇ ਟੂਲ ਵਗੈਰਾ ਹੀ, ਜਿਹੜੇ ਆਪਣੇ ਵਰਤੋਂ 'ਚ ਆਉਣੇ ਨੇ, ਹੈ ਨਾ। ਅਤੇ ਉਹ ਸਾਰੇ ਟੂਲ ਹੀ ਹੋਣਗੇ ਆਪਣੀ ਵਰਤੋਂ 'ਚ ਹੋਣਗੇ, ਉਹ ਕੋਈ ਵੀ 10 ਹੋ ਸਕਦੇ ਨੇ, ਹੈ ਨਾ। ਅਤੇ ਉਹ ਮੈਂ ਤੁਹਾਨੂੰ ਜ਼ਰੂਰ ਭੇਜੂੰਗਾ। ਅਤੇ ਉਮੀਦ ਹੈ ਤੁਸੀਂ ਵੀਡੀਓ ਪਸੰਦ ਜ਼ਰੂਰ ਕਰੋਗੇ, ਅਤੇ ਕਰੋ ਇੰਜੋਏ ਵੀਡੀਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਆਪਾਂ ਤਿਆਰ ਕਰਨ ਲੱਗੇ ਹਾਂ ਜੀ ਅੱਜ ਡਰੈਸਿੰਗ ਰੂਮ, ਅਤੇ ਤੁਹਾਨੂੰ ਉਹ ਦਿਖਾਉਂਦੇ ਹਾਂ ਵੀ ਕੀ ਬਣਾ ਰਿਹਾ, ਹੈ ਨਾ, ਕਿਸ ਤਰ੍ਹਾਂ। ਅਤੇ ਉਹ ਦੇਖੋ ਲੁੱਕ ਡਰੈਸਿੰਗ ਟੇਬਲ ਦੀ, ਇਹ ਹੈਗਾ ਡਰੈਸਿੰਗ ਰੂਮ। ਅਤੇ ਇਹਦੇ ਬਾਰੇ ਤੁਹਾਨੂੰ ਦੱਸਾਂਗੇ, ਸਾਰਾ ਕੰਮ ਚੱਲ ਰਿਹਾ ਇਹਦਾ। ਅਤੇ ਅਸੀਂ ਬਣਾ ਰਹੇ ਹਾਂ ਨਾਲ ਕੱਪਬੋਰਡ ਵੀ ਬਣਾ ਰਹੇ ਹਾਂ, ਜਿਵੇਂ ਆਹ ਦੇਖੋ ਛੋਟੀ ਜਿਹੀ ਅਲਮਾਰੀ ਬਣਾਈ ਹੈ, ਹੈ ਨਾ, ਇਹਦੇ ਵਿੱਚ ਸ਼ੈਲਫਾਂ ਵਗੈਰਾ ਪੈ ਜਾਣਗੀਆਂ। ਅਤੇ ਪੂਰੇ ਸ਼ੀਸ਼ਾ ਹੋ ਗਿਆ, ਥੱਲੇ ਬਣਾਏ ਨੇ 4 ਦਰੋੜ, ਅਤੇ ਤੁਹਾਨੂੰ ਉਹ ਦਿਖਾਉਂਦੇ ਹਾਂ ਦੇਖੋ।
लो जी तुसी देख सकते हो ड्रेसिंग दा जड़ा कम है अपना तकरीबन रेडी हो गया ते पल्ले वगैरह सुक रहे ने ते पल्ले पुल्ले दा जदों सुक गया सनमैका उस तो बाद असीं सारा इह फिटिंग वगैरह करांगे दराज वगैरह इहदे रेडी ने ते इक मैं तुहानूं थोड़ी डिटेल दे दां इहदे बारे हां वी असीं किस तरह बणिया होया लो जी तुसी देख रहे हो अलमारी बनी हुई है ना तो ये पैनिया ने सल्फा सल्फा असं पाने होंने चकमें तो पाइया असी बोर्ड दिया एक उत्थे पेगी तो एक पे थले तो बाकी ड्रॉर वगैरह बने हुए ने ते आसी बनाता सी अंदर लॉकर असी अंदर पहले अलमारी बनाती सी अलमारी बना के उदो मूहरों बंद करता तो मूहरे लाता पला शीशे वाला तो बाकी देखो दराज रेडी हो गए दराज असी ये पाते तो सैटिंग वगैरह माड़ी मोटी हिल जाती है तो वह सैटिंग कर रहे हैं सैटिंग करके बाकी थोड़ा जिदा जिदा रेडी हो जाता है ना दिखाई जाए आज देखिए अगर ये तुम देख सकते हो अपना ड्रेसिंग रूम का काम चल रहा तो वो पे ने पल्ले प्लेन पल्ले लाए ने असी ने तो ड्रॉर वगैरह कल पाते सी तो थोड़ा दिखाने कि बाकी आ सल्फा पैनी है दो वो भी तो दिखाने लो जी कपबोर्ड का कम चल रहा तो थोड़े सामने अलग पल्ले चढ़ चुके ने देखो कितनी सोहनी लुक निकल के रही है तो पल्ले असी करे ने वाइट तो इधर दराज वाइट बाकी सारा डार्क तो एक गल थोड़े ना होर शेयर करनी सी असी ना दराज बनाए ने जिवें हुण आ दराज बने ने देखो जिहड़ी आ दरजा ये वैसे दिखनी भी चाहिए होंगी असी बनाए इस तरह ही ने क्योंकि इन्होंने पहला ना इदा का कम हुआ है इदा ही प्लेन ये कहते भी यही चाहिए गा तो उस हिसाब न परता से पर जोड़ा असं करते हों कर जी आ टक्कर इन बाहर कट लेने पौनी ची बाहर कट के दराज ये थले आ जाता इतने दराज आता जी आ दर्ज जी दिखती है ये नहीं दिखती हैगी थोड़ा जहाँ वत रख दें थोड़ा जहा दराज अंदर ही रहता तो उसके नाल भी बहुत सोहना लगता लो जी तो आ जिहड़ा कम आ किसी अपने होर वीर दा करिया होया करिया उत्थी होया जिथे असीं लगे होए देखो तो भी बहुत सोहना काम होया हो चलो दिखा दी कोई आइडिया मिल जाता तो आ देखो वो सामने लैदर लगेगी वो बिच लगेगा अपना वॉलपेपर तो इधर बनी हुई है एलसीडी पैनल बनया है देखो कितना सोहना लग रहा तो इदा का होया हुआ काम बहुत सोहना करया हुआ पहला भी बइया ने तो उस तो बाद सानू मौका मिल गया थोड़ा जिहा करन दा ते बाकी तुहानू लेके चलदे आ दूसरे रूम च लो जी ते एक करिया होया अपने वीरां ने आ रूम तैयार आ देखो ये बहुत सोहना रूम रेडी होया होया जिहड़ी इहदी एलसीडी आ उह बणी हुई आ देखो किन्नी सोहनी एलसीडी बणी हुई है ना ते बहुत सोहना काम होया होया ते आ जाओ फिर तुहानू अगे लैके चलदे
लो जी देखो अपना जिहड़ा ड्रेसिंग रूम रेडी हो गया जी। हाँ जी ते एक दो पल्ले जे बना रहे सीगे ते चूला सी पाउणे हुंदे आ इहदे उत्ते ही शायद तुसीं देखिआ होवे एक दो वीडियो च है ना। एक बार थोनू गल दसणी सी कई बारी पता की हुंदा जिवें आपां आ चूल पाउणे हुंदे इधरों ते इधरों एक सक जिहा टुट जांदा जदों आपां इधरों ऐ चूल लगाउणे आ इधरों सोची जिहा सक जिहा टुट जांदा ते मैं तां एक सलाह देणी सी कि पहलां इधरों टक वज्जे जे ਉਦੋਂ ਬਾਅਦ ਫਿਰ ਐਂ ਜਦੋਂ ਆਪਾਂ ਐਂ ਲੰਘਾਉਂਦੇ ਹਾਂ ਇੱਥੋਂ ਸ਼ੱਕ ਨਹੀਂ ਡੁੱਟਦਾ ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਲੁੱਕਦਾ।